ਸਾਨੂੰ ਲੱਗਦਾ ਕਿ ਕੁਖਰੈਨ ਬਰਾਦਰੀ ਦੇ ਇਲਾਵਾ ਬਾਕੀ ਵੀ ਲੋਕ ਆਏ ਹੋਏ ਨੇ, ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ, ਮੈਂ ਅੱਜ ਤੋਂ 50 ਸਾਲ ਪਹਿਲੇ 1974 ਵਿੱਚ ਆ ਕੇ ਪਟਿਆਲੇ ਤਾਂ ਮੈਂ ਕਈ ਵਾਰੀ ਆਇਆ ਹੋਇਆ, ਪਰ 3 ਮਹੀਨੇ ਆ ਕੇ ਰਿਹਾ ਸੀਗਾ ਕਿਉਂਕਿ ਮੈਂ UPSC ਦੇ ਇਮਤਿਹਾਨ ਦੇਣ ਦੇ ਬਾਅਦ ਜਦੋਂ ਫੋਰਨ ਸਰਵਿਸ ਜੁਆਇਨ ਕੀਤੀ ਤਾਂ ਡਿਸਟ੍ਰਿਕਟ ਟ੍ਰੇਨਿੰਗ ਵਾਸਤੇ ਮੇਰੀ ਵਾਈਫ ਅਤੇ ਮੈਂ, ਸਾਡੀ ਨਵੀਂ ਸ਼ਾਦੀ ਹੋਈ ਸੀਗੀ ਅਤੇ ਅਸੀਂ ਪਟਿਆਲੇ ਆਏ ਸੀਗੇ। ਮੈਨੂੰ ਯਾਦ ਹੈ ਉਸ ਵਕਤ ਵੀ ਮਹਾਰਾਣੀ ਸਾਹਿਬਾ ਪ੍ਰਨੀਤ ਜੀ ਸਮਾਜ ਸੇਵਾ ਬੜੀ ਐਕਟਿਵ ਸੀਗੀ 1974 ਦਾ ਮਤਲਬ ਉਹਨਾਂ ਦੀ ਅਤੇ ਮਹਾਰਾਜ ਕੈਪਟਨ ਸਾਹਿਬ ਦੀ ਸ਼ਾਦੀ ਨੂੰ 10 ਸਾਲ ਹੋਏ ਸੀਗੇ ਉਸ ਵਕਤ 1970 ਨਾ, ਉਸ ਵਕਤ ਦੀ ਸੋਸ਼ਲ ਸਰਵਿਸ ਤੁਹਾਨੂੰ ਯਾਦ ਹੈ, ਛੋਟੀ ਜਿਹੀ ਫੀਐਟ ਗੱਡੀ ਹੁੰਦੀ ਸੀ ਉਹਨਾਂ ਦੀ ਅਤੇ ਉਹ ਰੈੱਡ ਕ੍ਰੋਸ ਦੀਆਂ ਮੀਟਿੰਗਸ, ਬਾਕੀ ਜਿਹੜੀਆਂ ਸਮਾਜ ਸੇਵਾ ਹੈਗੀ। ਉਸ ਵਕਤ ਸਾਡੇ ਇੱਥੇ ਡਿਪਟੀ ਕਮਿਸ਼ਨਰ ਇੰਦਰਜੀਤ ਸਿੰਘ ਬਿੰਦਰਾ ਸੀਗੇ ਅਤੇ ਮੇਰੀ ਵਾਈਫ ਅਤੇ ਮੈਂ ਉਹਨਾਂ ਨਾਲ ਅਟੈਚ ਸੀਗੇ ਅਤੇ ਮੈਂ ਉਸ ਸਮੇਂ ਦਾ ਪ੍ਰਨੀਤ ਜੀ ਨੂੰ ਜਾਣਦਾ ਅਤੇ ਮੇਰਾ ਸੁਭਾਗਿਆ ਸੀਗਾ ਕਿ ਜਦੋਂ ਮੈਂ ਅੰਬੈਸਡਰ ਸੀਗਾ ਨਿਊਯਾਰਕ ਵਿੱਚ, ਪ੍ਰਨੀਤ ਜੀ ਮਿਨਿਸਟਰ ਆਫ ਐਕਸਟਰਨਲ ਅਫੇਅਰ ਸੀਗੇ। ਤੁਹਾਡੀ ਇੱਥੇ ਪੋਲਿੰਗ ਹੋਣੀ ਹੈ 1 ਜੂਨ, ਮੈਂ ਸਮਝਦਾ ਇਹਦੇ 'ਚ ਤੁਹਾਡੇ ਸਾਹਮਣੇ ਅਤੇ ਦੇਸ਼ ਦੇ ਸਾਹਮਣੇ ਦੋ ਅਲੱਗ ਅਲੱਗ ਮਾਡਲਸ ਹੈਗੇ। ਇੱਕ ਹੈਗਾ ਮਾਡਲ ਜੋ ਪਿਛਲੇ ਕੁਛ ਸਾਲਾਂ 'ਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਾਹਮਣੇ ਰੱਖਿਆ, ਦੂਜਾ ਹੈਗਾ ਮੋਦੀ ਜੀ ਦਾ ਮਾਡਲ। ਅਤੇ ਮੋਦੀ ਜੀ ਦੇ ਮਾਡਲ ਦੇ ਬਾਰੇ ਮੈਂ ਕੁਝ ਦਿਲ ਤੋਂ ਤੁਹਾਡੇ ਸਾਹਮਣੇ ਕੁਝ ਗੱਲਾਂ ਰੱਖਣਾ ਚਾਹੁੰਦਾ। 2014 ਜਦੋਂ ਮੋਦੀ ਜੀ ਨੇ ਜ਼ਿੰਮੇਵਾਰੀ ਸੰਭਾਲੀ ਦਿੱਲੀ ਵਿੱਚ, ਉਸ ਵਕਤ ਸਾਡੇ ਦੇਸ਼ ਦੀ ਕੀ ਹਾਲਤ ਸੀਗੀ, ਕਿਆ ਸਥਿਤੀ ਸੀ ਉਸ ਸਮੇਂ ਔਰ ਅੱਜ ਕਿਆ ਸਥਿਤੀ ਹੈ। ਸਾਡੇ ਬਾਰੇ ਕਹਿੰਦੇ ਸੀਗੇ ਉਸ ਵਕਤ ਕਿ ਸਾਡੀ ਜਿਹੜੀ ਇਕੋਨਮੀ ਹੈਗੀ ਉਹ ਦੁਨੀਆ ਦੀ 5 ਜਿਹੜੀਆਂ ਸਭ ਤੋਂ ਫਰਜਾਇਲ, ਫਰਜਾਇਲ ਦਾ ਪੰਜਾਬੀ 'ਚ ਕੀ ਲੱਭਦਾ ਹੋਏਗਾ ਯਾਰ, ਫਰਜਾਇਲ ਦਾ ਕਮਜ਼ੋਰ, ਜਦੋਂ ਤੁਸੀਂ ਸਫ਼ਰ ਕਰਦੇ ਹੋ ਤਾਂ ਸੂਟਕੇਸ ਦੇ ਬਾਅਦ ਕੀ ਲਿਖਿਆ ਹੁੰਦਾ, ਫਰਜਾਇਲ ਹੈਂਡਲ ਵਿਦ ਕੇਅਰ, ਮਤਲਬ ਧਿਆਨ ਨਾਲ ਇਹਨੂੰ ਡੀਲ ਕਰਨਾ, ਕਿਤੇ ਜ਼ਿਆਦਾ ਜ਼ੋਰ ਨਾਲ ਗਿਰਿਆ ਸੁੱਟ ਕੇ ਤਾਂ ਟੁੱਟ ਜਾਊਗਾ। ਤਾਂ ਇਕੋਨਮੀ ਦੇ ਬਾਰੇ ਵੀ ਇਹੀ ਕਹਿੰਦੇ ਸੀਗੇ। ਅੱਜ ਸਾਡੀ ਸਥਿਤੀ ਹੈ, ਕੱਲ੍ਹ ਦੇ ਦਿਨ ਜਿਹੜੇ ਅੰਕੜੇ ਆਏ ਨੇ IMF ਦੇ, ਸਾਡੀ ਇਕੋਨਮੀ ਦਾ GDP ਸੀਗਾ $3.99 trillion, $4 trillion ਦੇ ਕੋਲ। ਸਾਡੇ ਤੋਂ ਅੱਗੇ ਦੋ ਕੰਟਰੀਜ਼ ਹੈਗੀਆਂ, ਜਪਾਨ ਅਤੇ ਜਰਮਨੀ। ਇੱਕ ਦਾ GDP ਹੈ 4.1 trillion, ਮਤਲਬ ਸਾਡਾ 3.9, ਉਹਨਾਂ ਦਾ 4.1, ਅਤੇ ਦੂਜਾ ਜਰਮਨੀ ਉਹਦਾ ਵੀ 4.3 ਹੈ। ਸਾਡੇ ਇੱਥੇ ਰੇਟ ਆਫ ਗਰੋਥ ਹੋ ਰਹੀ ਹੈ 7%, ਅਤੇ ਮਤਲਬ ਕੁਛ ਮਹੀਨਿਆਂ ਦੀ ਗੱਲ ਹੈ ਅਤੇ ਐਕਸਚੇਂਜ ਰੇਟ ਦੀ ਗੱਲ ਹੈ, ਅਸੀਂ 5th largest ਇਕੋਨਮੀ ਤੋਂ ਚੱਲ ਕੇ ਅੱਗੇ ਜਾ ਕੇ ਦੁਨੀਆ ਭਰ ਵਿੱਚ ਸਾਡੀ 3rd largest ਇਕੋਨਮੀ ਹੋਏਗੀ, ਜਪਾਨ ਅਤੇ ਜਰਮਨੀ ਤੋਂ ਅੱਗੇ ਹੈ। ਅਤੇ ਮੋਦੀ ਜੀ ਨੇ ਕੀ ਕੀਤਾ ਅਤੇ ਕੀ ਉਹਨਾਂ ਦੇ ਪਲਾਨਸ ਹੈਗੇ, ਮੈਂ ਅੱਜ ਉਹਨਾਂ ਚੀਜ਼ਾਂ ਨੂੰ ਨਹੀਂ ਦੁਹਰਾਉਣ ਆਇਆ ਕਿਉਂਕਿ ਕਰਤਾਰਪੁਰ ਕੋਰੀਡੋਰ ਦੀ ਗੱਲ ਹੋਏਗੀ ਜਾਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਅਤੇ GST ਲੱਗਣੇ ਦੀ ਗੱਲ ਹੋਏਗੀ ਜਾਂ ਸਾਡੇ ਬਲੈਕ ਲਿਸਟ ਲੋਕਾਂ ਦੇ ਨਾਂ ਹਟਾਉਣ ਦੀ ਗੱਲ ਹੋਏਗੀ, ਉਹਨਾਂ ਨੂੰ ਇੱਕ ਤਰਫ ਰੱਖੋ।
ਕੁਛ ਮੇਰੇ ਮੰਤਰਾਲੇ ਨਾਲ ਜੁੜੀਆਂ ਹੋਈਆਂ ਗੱਲਾਂ ਹੈਗੀਆਂ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਪੰਜਾਬ ਵਿੱਚ 1,32,235 ਘਰ ਸੈਂਕਸ਼ਨ ਹੋਏ ਨੇ, ਜਿਹਨਾਂ ਵਿੱਚੋਂ 1,16,035 ਘਰ ਗਰਾਊਂਡ ਹੋ ਗਏ ਨੇ ਅਤੇ ਲਾਭਾਰਥੀਆਂ ਨੂੰ ਇਹਦੇ ਵਿੱਚੋਂ 81,200 ਘਰ ਦੇ ਵੀ ਦਿੱਤੇ ਗਏ। ਇਹ ਗੱਲ ਕੋਈ ਕਰਦਾ ਹੀ ਨਹੀਂ। ਇਹਦੇ ਵਿੱਚੋਂ ਕੇਂਦਰੀ ਸਰਕਾਰ ਨੇ 2,342 ਕਰੋੜ ਰੁਪਇਆ ਸੈਂਕਸ਼ਨ ਕੀਤਾ, ਜਿਹਦੇ ਵਿੱਚੋਂ 1,830 ਕਰੋੜ ਰਿਲੀਜ਼ ਵੀ ਹੋ ਗਿਆ। ਦੇਖੋ ਪੰਜਾਬ ਇੱਕ ਇੰਪੋਰਟੈਂਟ ਸਟੇਟ ਨਹੀਂ, ਮੈਂ ਸਮਝਦਾ ਦੇਸ਼ ਦੇ ਤੁਸੀਂ ਆਂਕੜੇ ਦੇਖੋ, ਪੰਜਾਬ ਬਹੁਤ ਇੰਪੋਰਟੈਂਟ ਸਟੇਟ ਹੈ ਅਤੇ ਪੰਜਾਬ ਨੇ ਬੜਾ ਚੰਗਾ ਕੰਮ ਵੀ ਕੀਤਾ। ਮੈਂ ਤੁਹਾਨੂੰ ਕੁਛ ਆਂਕੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਦੇਸ਼ ਦਾ ਪੂਰਾ ਤੁਸੀਂ ਭਾਰਤ ਦਾ ਲੈਂਡ ਏਰੀਆ ਲਓ, ਪੰਜਾਬ ਦਾ ਕੰਟਰੀਬਿਊਸ਼ਨ 1.5% ਹੈ, 1.5%, ਅਤੇ ਪੰਜਾਬ ਕੰਟਰੀਬਿਊਟ ਕਿੰਨਾ ਕਰਦਾ GDP ਨੂੰ 2.5%, ਮਤਲਬ 1.5% ਲੈਂਡ ਏਰੀਆ ਅਤੇ 2.5% ਕੰਟਰੀਬਿਊਸ਼ਨ ਹੈ। ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ, ਸਾਡੀ ਕੀ ਸ਼ੇਅਰ ਹੋਏਗਾ ਨੈਸ਼ਨਲ ਪਾਪੂਲੇਸ਼ਨ? 2% ਤੋਂ ਘੱਟ ਹੋਏਗਾ, 2 ਤੋਂ ਘੱਟ ਹੋਏਗਾ। ਅਤੇ ਆਰਮ ਫੋਰਸਿਸ ਦਾ ਜੀ ਕਿੰਨਾ ਕੰਟਰੀਬਿਊਟ ਕਰਦਾ? 17%। ਪੰਜਾਬ ਸਾਡੇ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਵਿਦ ਗਵਰਨਮੈਂਟ, ਜਿਹੜੀ ਰੈਂਕਿੰਗ ਹੈਗੀ ਸਾਡੀ ਮੰਤਰਾਲੇ ਦੇ DPIIT ਟੋਪ ਅਚੀਵਰ ਰੈਂਕ ਮਿਲਿਆ ਸੀ 2020 ਚ। ਪੰਜਾਬ ਵਾਸ ਅਮੰਗਸ ਟੋਪ 10 ਸਟੇਟਸ ਇਨ ਅਟਰੈਕਟਿੰਗ FDI 2020 ਚ। ਜਦੋਂ ਮੈਂ ਨਵੀਂ ਨਵੀਂ ਨੌਕਰੀ ਸ਼ੁਰੂ ਕੀਤੀ ਸੀ, ਮੈਂ ਗੱਲ ਕਰਿਆ 1974 ਦੀ, 1980 ਤੱਕ ਪੰਜਾਬ ਸਾਰੀਆਂ ਸਟੇਟਸ ਵਿੱਚੋਂ ਟੋਪ 2-3 ਤੇ ਆਉਂਦਾ ਸੀ। ਹੁਣ ਕਿੱਥੇ ਗਿਰਿਆ? ਬੋਟਮ ਹਾਫ ਵਿੱਚ। ਜਿਹੜੇ ਫੋਰਨ ਡਾਇਰੈਕਟ ਇਨਵੈਸਟਮੈਂਟ ਆਉਂਦੀ ਹੈ ਉਹ 2014 ਤੇ 24 ਵਿਚਕਾਰ ਜੋ ਮੋਦੀ ਜੀ ਦਾ ਸਮੇਂ ਹੈਗਾ ਉਹਦੇ 628 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ, ਅਤੇ ਕਿੱਥੇ ਸੀਗੀ ਪਹਿਲੇ 328 ਬਿਲੀਅਨ ਡਾਲਰ? ਅਤੇ ਇਸੇ ਪੰਜਾਬ ਵਿੱਚ ਅਸੀਂ ਹੋਪ ਅਤੇ ਕੌਨਫੀਡੈਂਸ ਨਾ ਲੂਜ਼ ਕਰੀਏ। ਹਾਂ, ਸਾਡੀ ਬਦਕਿਸਮਤੀ ਹੈ ਕਿ ਇੱਕ ਇਹੋ ਜਿਹੀ ਸਰਕਾਰ ਆਈ ਹੈ ਜਿਹਨਾਂ ਨੇ ਪੰਜਾਬ ਦਾ ਕਰਜ਼ਾ ਵਧਾਉਣਾ ਹੈ, ਬਟ ਸਾਡੇ ਕਿਸਾਨ ਭਾਈ ਵੀ ਸਾਡੇ ਭਰਾ ਨੇ। ਜੋ ਮੋਦੀ ਜੀ ਨੇ ਸਮੇਂ MSP ਦੀ ਕਵਰੇਜ ਵਧੀ ਹੈ, MSP ਦੀ ਪਰਸੈਂਟੇਜ ਵਧੀ ਹੈ, ਤੇ ਆਉਣ ਵਾਲੇ ਸਮੇਂ ਚ ਵੀ ਇਹ ਅੱਗੇ ਸਾਰੇ, ਚਾਹੇ ਉਹ ਸਾਡੇ ਕੁਖਰਾਨ ਬਰਾਦਰੀ ਦੇ ਹੋਣ ਭਰਾ, ਚਾਹੇ ਸਾਡੇ ਫੌਜੀ ਭਰਾ ਹੋਣ, ਕਿਸਾਨ ਬ੍ਰਦਰ ਹੋਣ, ਪੰਜਾਬ ਇਸ ਵਕਤ ਮੋਦੀ ਜੀ ਦੀ ਥਿੰਕਿੰਗ ਵਿੱਚ ਟੋਪ ਪ੍ਰਾਇਓਰਟੀ ਹੈ। ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਤੁਹਾਨੂੰ ਗੱਲ ਦੱਸਣਾ, January 2024 ਚ 29 ਨੈਸ਼ਨਲ ਹਾਈਵੇ ਪ੍ਰੋਜੈਕਟਸ 4,000 ਕਰੋੜ ਦੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤੇ, ਔਰ ਇਹ ਜਿਹੜੇ 29 ਪ੍ਰੋਜੈਕਟਸ ਹੈਗੇ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਇਕਨੋਮਿਕ ਡਿਵੈਲਪਮੈਂਟ ਨੂੰ ਮਦਦ ਕਰਨਗੇ। ਦੂਜਾ, ਇਹ ਕਨੈਕਟੀਵਿਟੀ ਦੀ ਜਿਹੜੀ ਗੱਲ ਹੈ, ਇਹ 1700 ਕਿਲੋਮੀਟਰ ਸੀਗੀ 2014 ਵਿੱਚ, ਇਹ 1700 ਕਿਲੋਮੀਟਰ ਤੋਂ ਚੜ ਕੇ 4,100 ਕਿਲੋਮੀਟਰ, ਇਹ ਸਾਰੇ ਸੈਂਟਰ ਕੇਂਦਰ ਸਰਕਾਰ ਦੀ ਤਰਫੋਂ ਆਇਆ ਹੈ।